ਹੁਣ ਦੱਸ ਕੀ ਲੈਣਾ ਵਾ? ਬਿੱਲੀ। ਬਿੱਲੀ ਕੀ ਕਰਨੀ ਆ? ਪਾਲਣੀ। ਪਾਲਣੀ ਲੈਂਦੇ ਘਰ ਦੇ ਹਜੇ ਤੈਨੂੰ ਪਾਲਣ ਦੇ ਆ, ਉਹਨਾਂ ਨੂੰ ਹਜੇ ਪਾਲ ਲੈਂਦੇ। ਠੀਕ ਹੈ ਨਾ ਮੇਰਾ ਪੁੱਤਰ? ਓਏ ਪੀਜ਼ਾ ਖਵਾ ਮੈਨੂੰ, ਪੀਜ਼ਾ ਪੀਜ਼ਾ ਖਵਾ, ਪੀਜ਼ਾ ਖਵਾ। ਪੈਸੇ ਕੱਢ, ਪੈਸੇ ਪੈਸੇ ਕੱਢ। ਓਏ ਲਓ ਜੀ, ਇੰਨੀ ਗਰਮੀ 'ਚ ਫਨ ਇਹੀ ਆ ਕਿ ਅਸੀਂ ਜਾ ਰਹੇ ਹਾਂ ਬਹੁਤ ਦੂਰ, ਅਤੇ ਤੁਰ ਕੇ ਵੀ ਬੜੀ ਦੂਰੋਂ ਆਏ ਹਾਂ ਅਸੀਂ। ਅਗਰ ਖਾਣੇ ਪੀਣੇ ਵਾਲਾ ਸੀਨ ਹੁੰਦਾ ਬਾਈ ਇੱਥੇ 24 ਘੰਟੇ ਕੀ ਮੈਂ 48 ਘੰਟੇ ਵੀ ਸਰਵਾਈਵ ਕਰ ਲੈਣਾ ਸੀਗਾ। ਅਸਲਾਮੁਅਲੈਕਮ ਪਬਲਿਕ, ਵੈਲਕਮ ਬੈਕ ਬ੍ਰੈਂਡ ਨਿਊ ਵਲੌਗ 'ਤੇ। ਵੈਲਕਮ ਕਰਦੇ ਹਾਂ ਜੋ ਵਲੌਗ 'ਚ, ਉਮੀਦ ਸਾਰੇ ਠੀਕ ਠਾਕ ਹੋ ਗਏ ਅਤੇ ਲਾਈਫ ਨੂੰ ਕਰ ਰਹੇ ਹੋਗੇ ਇੰਜੋਏ। ਅਤੇ ਅੱਜ ਅਸੀਂ ਉੱਠ ਗਏ ਹਾਂ, ਉੱਠ ਕੇ ਅਤੇ ਸਭ ਤੋਂ ਪਹਿਲਾਂ ਯਾਰ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਚਾਹੁੰਦਾ ਵਾਂ। ਗੱਲ ਇਹ ਆ, ਕੱਲ੍ਹ ਇੱਕ ਮੁੰਡੇ ਨੇ ਮਾਈ ਫਸਟ ਵਲੌਗ ਕਰਕੇ ਨਾ ਇੱਕ ਵਲੌਗ ਅਪਲੋਡ ਕੀਤਾ ਯੂਟਿਊਬ 'ਤੇ। ਮੈਂ ਵੇਖਿਆ ਯਾਰ 4 ਕੁ ਵਿਊ ਸੀਗੇ, ਅਤੇ ਮੈਂ ਉਹਨੂੰ ਵੇਖਿਆ ਵੇਖ ਕੇ, ਅਤੇ ਜੋ ਸ਼ਾਮ ਨੂੰ ਮੈਂ ਮਤਲਬ ਕਿ ਆਪਣੀ ਹਿਸਟਰੀ ਜਿਹੜੀ ਆ ਯੂਟਿਊਬ ਦੀ ਚੈੱਕ ਕੀਤੀ ਨਾ, ਫਿਰ ਉਸ ਮੁੰਡੇ ਦਾ ਵੀਡੀਓ ਆ ਗਈ। ਮੈਂ ਉੱਤੇ ਕਲਿੱਕ ਕੀਤਾ ਯਾਰ, 11,000 ਵਿਊ ਸੀਗੇ ਅਤੇ ਤਕਰੀਬਨ 1200 ਉਹਦੇ 'ਤੇ ਸਬਸਕ੍ਰਾਈਬਰ ਹੋਏ ਸੀਗੇ ਜੀ। ਲੇਕਿਨ ਮੈਂ ਸੁਬਹਾ ਦੇਖਿਆ ਸੀਗਾ ਉਦੋਂ 2 ਹੀ ਸੀਗੇ। ਇਸ ਕੋ ਕਹਤੇ ਹੈ ਬਾਈ ਲਾਈਫ ਚੇਂਜ। ਸਾਨੂੰ 1 ਸਾਲ ਹੋ ਗਿਆ ਵਾ ਅਤੇ 6 ਤੋਂ ਅੱਗੇ ਵਧਣ ਨਹੀਂ ਦਿੰਦੇ। ਨਿਕਲ ਲੌੜੇ, ਪਹਿਲੀ ਫੁਰਸਤ ਮੈਂ ਨਿਕਲ। ਮੈਂ ਕਰਨ ਆ ਮੈਂ ਪੂੰਡੀ, ਚੈੱਕ ਕਰੋ ਓੜੀ ਗਈ ਕਿੰਨੇ ਅਖਬਾਰੀ, ਕੋਈ ਨਹੀਂ। ਅਤੇ ਲੈਟਸ ਗੋ, ਜਿਸ ਬੰਦੇ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਲਦੀ ਤੋਂ ਸਬਸਕ੍ਰਾਈਬ ਕਰ ਲਓ, ਕਿਉਂਕਿ ਅਸੀਂ ਲਿਖਦੇ ਲੁਖਦੇ ਕੁਛ ਨਹੀਂ ਹੈਗਾ, ਜੋ ਸਾਡੀ ਜ਼ਿੰਦਗੀ ਦੇ ਵਿੱਚ ਹੁੰਦਾ ਵਾ ਅਸੀਂ ਉਹੀ ਦਿਖਾਉਂਦੇ ਹਾਂ। ਅਤੇ ਵੈਲਕਮ ਬੈਕ ਬੋਰਿੰਗ ਲੈਬ। ਔਰ ਅਗਰ ਤੁਮ ਲੋਕ ਨਏ ਹੋ ਤੋ ਸਬਸਕ੍ਰਾਈਬ ਕਰੋ, ਵੋ ਜੋ ਲਾਲ ਵਾਲਾ ਬਟਨ ਹੈ ਉਸ ਤੇ ਫੂਟ ਫੇਕ ਕੇ ਮਾਰੋ ਜਾਂ ਫਿਰ ਮੋਮਬੱਤੀ, ਮੁਝੇ ਨਹੀਂ ਪਤਾ, ਬਸ ਕਲਿੱਕ ਹੋ ਜਾਣਾ ਚਾਹੀਏ। ਪੈਸਾ ਵੇਖ ਕੇ ਬਦਲਣ ਵਾਲਿਓ, ਮੇਰੇ ਕੋ ਹੈ ਹੀ ਕੁਛ ਨਹੀਂ, ਬਦਲ ਜਾਓ ਮੇਰਾ ਪੁੱਤਰ। ਗੱਲ ਇਹ, ਅੱਜ ਮੇਰਾ ਕੋਈ ਕੀੜਾ ਉੱਠਣ ਡਿਆ ਵਾ, ਮੇਰਾ ਦਿਲ ਕਰਨ ਡਿਆ ਕੋਈ ਫਨ ਕਰੀਏ, ਮੈਨੂੰ ਆਈਡੀਆ ਨਹੀਂ ਆ ਰਿਹਾ ਕੀ ਫਨ ਕਰੀਏ, ਅਤੇ ਕੁਛ ਸੋਚਦੇ ਹਾਂ। ਉਹ ਤੋਂ ਪਹਿਲਾਂ ਆਪਾਂ ਦਿਲ ਕਰਨ ਡਿਆ ਮੈਂ ਬੈਲ ਵੇਚ ਕੇ ਨਾ ਯਾਰ ਪੀਜ਼ਾ ਸ਼ੀਜ਼ਾ ਖਾਈਏ, 4 ਦਿਨ ਦੀ ਜ਼ਿੰਦਗੀ, 5ਵੇਂ ਦਿਨ ਭੁੰਡੀ। ਲੇਕਿਨ ਰਿਐਕਟ ਕਰੋ ਯਾਰ, ਦੇਖੋ ਆਹ ਫਸਲਾਂ ਸ਼ਸਲਾਂ ਕਿੰਨੀਆਂ ਪਿਆਰੀਆਂ ਯਾਰ, ਆਹ ਦੇਖੋ ਆਹ ਕਿੱਡਾ ਸੂਰਜ ਪਿਆਰਾ ਲੱਗਣ ਡਿਆ ਵਾ। ਅਤੇ ਆਈਫੋਨ ਲੈ ਲਿਆ ਵਾ, ਲੇਕਿਨ ਵਿਊਜ਼ ਨਹੀਂ ਆ ਰਹੇ। ਗਾਇਸ ਮਦਦ ਕਰੋ, ਮੇਰੀ ਮਦਦ, ਹੈਲਪ ਮੀ। ਬਹੁਤ ਤੇਜ਼ ਹੋ ਰਿਹਾ ਹੈ। ਹੁਣ ਦੱਸ ਕੀ ਲੈਣਾ ਵਾ? ਬਿੱਲੀ। ਬਿੱਲੀ ਕੀ ਕਰਨੀ ਆ? ਪਾਲਣੀ। ਪਾਲਣੀ ਲੈਂਦੇ ਘਰ ਦੇ ਹਜੇ ਤੈਨੂੰ ਪਾਲਣ ਡੇ ਆ, ਉਹਨਾਂ ਨੂੰ ਹਜੇ ਪਾਲ ਲੈਂਦੇ। ਠੀਕ ਹੈ ਨਾ ਮੇਰਾ ਪੁੱਤਰ, ਤੇਰੇ ਖਰਚੇ ਚੁੱਕਣ ਡੇ ਆ। ਤੂੰ ਗਾ ਬਿੱਲੀ ਲੈਣੀ ਆ, ਤੂੰ ਬੰਦੇ ਦਾ ਪੁੱਤਰ ਬਣ ਜਾ, ਬਿੱਲੀਆਂ ਚੋਰੀ ਕਰਦਾ ਤੂੰ। ਮੋਬਾਈਲ ਛੱਡ ਦੇ ਮੋਬਾਈਲ। ਗਾਇਸ ਮੈਂ ਸੂਟ ਪਾਇਆ ਹੋਇਆ, ਤੁਸੀਂ ਦੇਖਦੇ ਰਹਿਣਾ ਵਾ, ਗੌਰ ਕਰਨਾ ਵਾ, ਆਹੀ ਕਲਰ ਸੇਮ, ਠੀਕ ਨਾ, ਆਹੀ ਸਲਵਾਰ। ਤੁਹਾਨੂੰ ਇਹਦੇ ਵਿੱਚ ਇੱਕ ਜਾਦੂ ਵਿਖਾਉਣਾ ਵਾ, ਫਿਰ ਮੈਂ ਕੱਪੜੇ ਚੇਂਜ ਕਰਕੇ ਆਉਣਾ, ਉਹ ਤੋਂ ਬਾਅਦ ਮੈਂ ਤੁਹਾਨੂੰ ਜਾਦੂ ਵਿਖਾਉਣਾ ਵਾ। ਤੋ ਗਾਇਸ ਫਾਈਨਲੀ ਆ ਗਿਆ ਮੈਂ ਨਹਾ ਕੇ ਅਤੇ ਸੋਹਣੇ ਕੱਪੜੇ ਪਾ ਕੇ, ਮੈਂ ਹੁਣ ਤੁਹਾਨੂੰ ਚੈੱਕ ਕਰਵਾਉਣਾ ਵਾ। ਮੈਂ ਆਪਦੇ ਸਕੂਨ ਨਾਲ ਬੈਠਾ ਸੀ, ਅੰਮੀ ਆਈ, ਉਹਨੇ ਦਿਸ ਤੁਹਾਨੂੰ ਰਿਵੀਲ ਕਰਾਉਣਾ। ਇੱਕ ਮਿੰਟ, ਇਹ ਹੈ ਮੇਰਾ ਜੋ ਹੈ, ਮੈਂ ਅਜੇ ਨਵਾਂ ਹੀ ਲਿਆ ਸੀ, 5 ਕੁ ਸਾਲ ਹੀ ਹੋਏ ਆ ਮੈਨੂੰ, ਸੂਟ ਪਾਟ ਵੀ ਗਿਆ ਤੁਹਾਨੂੰ ਚੈੱਕ ਕਰਵਾਉਣਾ। ਆਹ ਦੇਖੋ, ਦਿਸ ਇਜ਼ ਆ ਰਿਵੀਲ, ਅਤੇ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਆ। ਇਹਦੇ ਖੁਸ਼ੀ ਦੇ ਵਿੱਚ ਮੈਂ ਪੀਜ਼ਾ ਪਾਰਟੀ ਕਰਨਾ ਚਾਹੁੰਦਾ ਵਾਂ। ਓਏ ਪੀਜ਼ਾ ਖਵਾ ਮੈਨੂੰ, ਪੀਜ਼ਾ ਪੀਜ਼ਾ ਖਵਾ, ਪੀਜ਼ਾ ਖਵਾ। ਪੈਸੇ ਕੱਢ, ਪੈਸੇ ਪੈਸੇ ਕੱਢ। ਓਏ ਨਿਕਲ ਲੌੜੇ, ਪਹਿਲੀ ਫੁਰਸਤ ਮੈਂ ਨਿਕਲ। ਗਾਇਸ ਅਸੀਂ ਖਾਣ ਲੱਗੇ ਹਾਂ ਅਰਬੀ ਦਾ ਸਾਲਣ, ਵਿੱਚ ਤਰਜਮਾ ਬਿਲਕੁਲ ਨਹੀਂ ਹੈਗਾ, ਅਤੇ ਸਵਾਗਤ ਆ, ਮੈਂ ਇੱਥੇ ਰੱਖੋ ਰੋਟੀ ਦੇ ਉੱਤੇ, 5-6 ਰੋਟੀਆਂ ਖਾ ਲੈਣੀਆਂ ਵਾ ਅਸੀਂ, ਅਤੇ ਖਾ ਕੇ ਫਿਰ ਮਿਲਦੇ ਹਾਂ। ਲਓ ਜੀ, ਇੰਨੀ ਗਰਮੀ 'ਚ ਫਨ ਇਹੀ ਆ ਕਿ ਅਸੀਂ ਜਾ ਰਹੇ ਹਾਂ ਬਹੁਤ ਦੂਰ, ਅਤੇ ਤੁਰ ਕੇ ਵੀ ਬੜੀ ਦੂਰੋਂ ਆਏ ਹਾਂ ਅਸੀਂ, ਅਤੇ ਹੁਣ ਜਾ ਰਹੇ ਹਾਂ ਅਸੀਂ 4 ਵਾਲੇ ਬਾਗ 'ਚ। ਉੱਥੇ ਜਾ ਕੇ 4 ਵਾਲੇ ਬਾਗ 'ਚ ਕੀ ਕਰਾਂਗੇ, 24 ਘੰਟੇ ਸਰਵਾਈਵ। ਲੈਟਸ ਗੋ ਹਬੀਬੀ, ਵੈਲਕਮ ਟੂ ਦਾ ਬਾਗ। ਇਹ ਬਹੁਤ ਵੱਡਾ ਬਾਗ ਆ, ਅਗਰ ਤੁਹਾਨੂੰ ਨਹੀਂ ਨਜ਼ਰ ਆ ਰਿਹਾ ਤਾਂ 1 ਮਿੰਟ,
मैं तो तुम नजर आ रहे हो ना, पसीने पसीने हो गए, बहुत दूरों तुर के आया हूँ। चेक करो, पैदल ही तुर रहा हूँ, घंटा हो गया। चेक करो सर, बनाया हुआ इन्होंने बहन वास्ते जगह, तो बाहरली हवावां दा टेबल, बाहरली चीज़ा आ के डेट कर दी भाई। सांभ चढ़ के थोड़ा लेट जाने, 24 घंटे वाली गल सी झूठ सी, बचो 24 मिनट भी इतने सह नहीं लै सकता है। बाकी सीन चेक कर सकते हो, बहुत प्यारा सीन बनया, पिंडा वाला वाइब शाइब सीन। इस खुली हवा च मैं थोड़ी थोड़ी हकीकत दसना आया सी, क्योंकि दरख्त जोड़े अगर झूठ मोलिए तो उत्ते डिग जाते हैं। सीन भाई ये है कि मेरे नाल कोई पार्टनर नहीं है, मतलब ना मेरे दोस्त है कोई, तो मेरा भाई जेड़ा वा वो वैसे ही उसकी इज्जत है, वह कहना मेरी बेइज्जती होंगी कैमरे के सामने। अबू को मोटरसाइकिल मंगया से, उन्हें कहा पेट्रोल नहीं है, तो अगे मैंने रोया पिछे बैकग्राउंड म्यूजिक ला दो, तो इस वजह तो भाई गुरबत छाई पई है हर जगह। ये सीन है कि कितने जा भी नहीं सकता, क्योंकि पैसा पैसा चाहिए मेन, कमेटी पाई सी तो फिर आईफोन लिया भाई, तो ये कमेटी साल देनी है काम करना, काम यदि वजह से ही कराने वा कमेटी ने आईफोन की वजह तो, बाकी पैसा हो तो बंदा काम कुछ नहीं कर सकता। हूँ तुर के आया एड्डी दूरों, तुम्हें तो अड्डा भी नहीं नज़र आ रहा, हूँ तकरीबन मेरे हिसाब के नाल 5-6 किलोमीटर होना, इस तो ज़्यादा ही होना सफ़र जोड़ा मैं करके आया तुर के, मैनू पता हो, क्योंकि सीन ये बंदे को पैसा हो ना बंदा सोहनी सोहनी जगह पर जाता फिर तुरन जाता। मेरे होंगे थोड़े बोरिंग लोग इस वजह तो, क्योंकि ना ही यार मेरे को पेट्रोल जिन्हें पैसे आ, तो ना ही मेरे को किसी अदर सिटी जान दे पैसे आ, लेकिन कोशिश करते रहेंगे इंशाल्लाह, अल्लाह ताला जरूर कामयाब कर दे, हार नहीं मननी जिंदगी। बाकी बहुत गल दुखी गल थोड़ी फनी हो जाए तो इतने कट फिर, मेरा ऑर्डर लिख लो, मेरा ऑर्डर लिख लो कोई बंदा यार, 2 पत्तियां दी प्लेटा तो एक घास की पंड जी ना वो मंदे दो खाने वास्ते। बाकी वो देखो मंगता भी आ रहा इंजॉय कर लाइफ नो, सीन बड़ा ब्यूटीफुल है। इतों उठते हैं, मैं थोड़ा सह लैन दिया वहाँ बह के, कोई ऑर्डर लैन ही नहीं आ रहा वेटर शेटर, तो बाकी सीन जोड़ा वा फिर मैं कही जाने ब्यूटीफुल आ, घा बड़ा मन मन चढ़िया, इन्हें ना हो कोई सप सुप उठ के तो किस कर ले, कहे आई लव यू तो बाद फरिश्ता कैच कर ले। बाकी भाई अगर थोनू यार इदा का अंब लभदा सी बचपन च, तुसी की करते थे, असी भला की करते थे, असी पुड़ते सी चकली जी ला के घर ला के, बाद चो की ख्याल करीदे सी ये वड्डा होएगा इतो अंब खावांगे, अल्लाह दे बंदे असी आ दरख्त ते चढ़ांगे, आ टहणी ते चढ़ के अंब खाया करांगे, ये सीन असी करते होंदे सी। बाकी अगे बहुत ही खतरनाक है, इतो कोई भी शह निकल के पप्पी ले सकती है, तो इस वजह तो चलते हैं उपरिया नहीं घूम के। बाकी सीन चेक करो यार तुसी कितना प्यारा लग रहा। बाकी अगे भी बहुत ज़्यादा लम्मा बहुत वड्डा बाग है, ख़त्म ना होने वाला बाग है, चेक करो ये जी आ बड़ी ना ब्यूटीफुल लोकेशन लगती है। इदा मैं भी काफ़ी चिर बाद आया, तकरीबन इतने आया मैं कोई 3-4 साल बाद, लेकिन सुकून आ रहा, हवा ठंडी ठंडी चल रही है, बहुत चस वाला सीन चेक कर सकते हो। लेकिन आ घा वाला सीन जड़ा ना ये बड़ा डरावना सीन है, अगर खाने पीने वाला सीन हों भाई इतने 24 घंटे की मैं 48 घंटे भी सरवाइव कर लेना सी, लेकिन सीन ये मेरे को 10 रुपये भी नहीं, 2 मोबाइल है वो बेच के मैं एक जरा 11,000 का बिकना वा, तो ये वाला मेरे पास आईफोन 11 है, जिसकी भाई अभी मैंने आप लोगों को बताया कमेटी डाली हुई है, वो भी उतार रहा हूँ। सीन ये यार मेरी 11,000 तनख्वाह वा, जिस 30,000 रुपया मैं एक अधारा लिया वा, तो 40,000 की मेरी कमेटी निकली सी, फिर मैं लिया 70,000 का, यानी कि 6,000 कमेटी दे देना, तो 5,000 रुपये दे देना घर, उन्होंने उधारा लिया वा, इस तरह मेरा मुहिम हो जाता वा।
बाकी नी तू बाली सोनी नी तेरा फिल्टर देंदा है सात कुड़े नी असी पिंडा आले हां सानू जाली ना कोई बात।